ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੀ ਬਹੁਤ ਹੀ ਪਿਆਰੀ ਪੇਸ਼ਕਸ਼ ਗੁੱਡ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਗੁੱਡ ਨਿਊਜ਼ ਸੁਣਾਉਣ ਦੇ ਲਈ ਕਮਲਜੀਤ ਸਿੰਘ ਬਨਵੈਤ ਸਾਡੇ ਸਹਿਯੋਗੀ ਤੇ ਸੀਨੀਅਰ ਪੱਤਰਕਾਰ ਸਾਡੇ ਨਾਲ ਜੁੜੇ ਹੋਏ ਨੇ। ਮੈਨੂੰ ਐਸਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ 12 ਅਕਤੂਬਰ ਹੈ, ਦਿਨ ਮੰਗਲਵਾਰ ਹੈ। ਚੰਗੀ ਖਬਰ ਜਿਹੜੀ ਅਸੀਂ ਤੁਹਾਨੂੰ ਦੱਸਦੇ ਹਾਂ, ਲੱਭ ਕੇ ਲਿਆਉਂਦੇ ਹਾਂ, ਉਹਦਾ ਮਕਸਦ ਇਹੀ ਹੁੰਦਾ ਹੈ ਕਿ ਉਹਦੇ ਤੋਂ ਆਪਾਂ ਕੁਝ ਪ੍ਰੇਰਣਾ ਲਈਏ, ਪੋਜ਼ਿਟਿਵਿਟੀ ਲਈਏ, ਆਸ਼ਾਵਾਦੀ ਹੋਈਏ। ਬਨਵੈਤ ਸਾਹਿਬ, ਕੀ ਚੰਗੀ ਖਬਰ ਹੈ? ਸ਼ਰਮ ਜੀ, ਇਹ ਜਿਹੜੀ ਖਬਰ ਹੈ ਨਾ ਜੀ, ਇਹ ਬਹੁਤ ਲੋਕਾਂ ਨਾਲ ਜੁੜੀ ਹੋਈ ਆਪਾਂ ਅੱਛੀ ਖਬਰ ਵੀ ਕਹਿ ਸਕਦੇ ਹਾਂ, ਇੱਕ ਇਨਫੋਰਮੇਸ਼ਨ ਵੀ ਆ। ਠੀਕ ਹੈ, ਤੁਹਾਡੇ ਧਿਆਨ 'ਚ ਹੋਣਾ ਕਿ ਪੰਜਾਬ ਬਹੁਤ ਚਿਰਾਂ ਤੋਂ ਆਪਣੇ ਹੱਕਾਂ ਲਈ ਲੜ ਰਿਹਾ। ਹਾਂਜੀ, ਚਾਹੇ ਉਹ ਜਿਹੜੀ ਰਾਜਧਾਨੀ ਚੰਡੀਗੜ੍ਹ ਆ ਉਹਦੇ ਹੱਥੋਂ ਖਿਸਕਣ ਦਾ ਹੋਵੇ, ਬਿਲਕੁਲ, ਚਾਹੇ ਜਿਸ ਰੇਸ਼ੋ ਨਾਲ ਪੰਜਾਬ ਵਿੱਚ ਜਿਹੜੀਆਂ ਪੰਜਾਬ ਦੀਆਂ ਚੰਡੀਗੜ੍ਹ ਤੈਨਾਤੀਆਂ ਹੋਣੀਆਂ ਹੁੰਦੀਆਂ ਅਫਸਰਾਂ ਦੀਆਂ, ਹਾਂਜੀ, ਉਹਦਾ ਮਸਲਾ ਹੋਵੇ, ਹਾਂਜੀ, ਚਾਹੇ ਹਾਈ ਕੋਰਟ ਦਾ ਹੋਵੇ, ਬਿਲਕੁਲ, ਇਹ ਮਸਲੇ ਨੂੰ ਲੈ ਕੇ ਜਿਹੜਾ ਪੰਜਾਬ ਆ ਹਮੇਸ਼ਾ ਲੜਦਾ ਆ ਰਿਹਾ ਜੀ। ਪਰ ਇੱਕ ਹੋਰ ਮਸਲਾ ਜਿਹੜਾ ਸੀਗਾ ਜੀ, ਉਹ ਵੀ ਪਿਛਲੇ 3-4 ਸਾਲਾਂ ਤੋਂ ਪੰਜਾਬ ਲੜ ਰਿਹਾ ਸੀਗਾ, ਸ਼ਾਇਦ ਉਹਦਾ ਬਹੁਤੇ ਲੋਕਾਂ ਨੂੰ ਜਾਣਕਾਰੀ ਨਹੀਂ ਹੈ, ਪਰ ਉਹਨਾਂ ਲੋਕਾਂ ਨੂੰ ਜਾਣਕਾਰੀ ਆ ਜਿਹੜੇ ਉਹਦੇ ਵਿੱਚ ਪੀੜਤ ਸੀਗੇ ਜੀ। ਉਹ ਇਹ ਹੈ ਕਿ ਜੀ, ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਫੈਸਲਾ ਕੀਤਾ ਕਿ ਪੰਜਾਬ ਦੇ ਉਹ ਵਸਨੀਕ ਹਾਂਜੀ ਚੰਡੀਗੜ੍ਹ ਦੇ ਮੈਡੀਕਲ ਕੋਰਸਾਂ ਵਿੱਚ ਦਾਖਲਾ ਲੈ ਸਕੂਗੇ ਜਿਨ੍ਹਾਂ ਦੇ ਬੱਚੇ ਚੰਡੀਗੜ੍ਹ ਵਿੱਚ 10ਵੀਂ ਤੇ 12ਵੀਂ ਪਾਸ ਕਰਨਗੇ। ਅੱਛਾ ਜੀ, ਠੀਕ ਹੈ। ਦੇਖੋ, ਇਹ ਫੈਸਲਾ ਹੋਇਆ ਕਿ ਜਿਹੜੇ ਬੱਚੇ, ਚਾਹੇ ਉਹਨਾਂ ਦੇ ਪੇਰੈਂਟਸ ਪੰਜਾਬ 'ਚ ਰਹਿੰਦੇ ਆ, ਪਰ ਜਿਹੜੇ ਬੱਚੇ ਚੰਡੀਗੜ੍ਹ ਪੜ੍ਹਦੇ ਆ 10ਵੀਂ ਤੇ 12ਵੀਂ ਕਰਨਗੇ, ਉਹ ਐਲੀਜੀਬਲ ਆ ਕਿ ਉਹ ਸਟੇਟ ਕੋਟੇ ਵਿੱਚ ਸ਼ਾਮਲ ਹੋ ਸਕਦੇ ਆ। ਪਹਿਲਾਂ ਹੈ ਨਹੀਂ ਸੀ, ਪਹਿਲਾਂ ਨਹੀਂ ਸੀ ਜੀ, ਪਹਿਲਾਂ ਅੱਜ ਤੋਂ ਘੱਟੋ ਘੱਟ ਕੋਈ 6 ਸਾਲ ਪਹਿਲਾਂ ਤੱਕ ਇਹ ਸਹੂਲਤ ਮਿਲਦੀ ਸੀ। 6 ਸਾਲ ਪਹਿਲਾਂ ਇਹ ਸਹੂਲਤ ਵਾਪਸ ਲੈ ਲਈ ਗਈ, ਮੁੜ ਕੇ ਜਿਹੜਾ ਅਦਾਲਤਾਂ ਵਿੱਚ ਵੀ ਕੇਸ ਗਿਆ ਤੇ ਅਦਾਲਤਾਂ ਨੇ ਵੀ ਕਿਹਾ ਸੀਗਾ ਕਿ ਜਦੋਂ ਪੰਜਾਬ ਇਹ ਕਹਿ ਰਿਹਾ ਕਿ ਹੋਰ ਸਟੇਟਾਂ ਦੇ ਲੋਕ ਜਿਹੜੇ ਪੰਜਾਬ ਵਿੱਚ ਨੌਕਰੀ ਕਰ ਰਹੇ ਆ, ਪੰਜਾਬ ਦੇ ਬੱਚੇ ਪੜ੍ਹ ਰਹੇ ਆ, ਉਹਨਾਂ ਨੂੰ ਦਾਖਲਾ ਮਿਲ ਸਕਦਾ ਤਾਂ ਪੰਜਾਬੀਆਂ ਨੂੰ ਕਿਉਂ ਨਹੀਂ, ਜਦੋਂ ਕਿ ਰਾਜਧਾਨੀ ਵੀ ਆ। ਬਿਲਕੁਲ, ਨਾਲੇ ਚੰਡੀਗੜ੍ਹ ਤਾਂ ਹੁੰਦਾ ਹੀ ਪੰਜਾਬ ਦਾ ਸੀ, ਉਹੀ ਚੰਡੀਗੜ੍ਹ ਦੀ ਲੜਾਈ ਬੜੀ ਪੁਰਾਣੀ ਚੱਲ ਰਹੀ ਹੈ। ਇੱਕ ਤਾਂ ਇਹ ਆ ਕਿ ਜਿਹੜੇ ਬੱਚੇ 10ਵੀਂ ਤੇ 12ਵੀਂ ਚੰਡੀਗੜ੍ਹ ਕਰਨਗੇ ਉਹ ਚੰਡੀਗੜ੍ਹ ਵਿੱਚ ਦਾਖਲਾ ਲੈਣ ਦੇ MBBS ਵਿੱਚ ਯੋਗ ਪਾਏ ਜਾਣਗੇ। ਠੀਕ ਹੈ। ਦੂਜਾ ਕਿ ਉਹਨਾਂ ਨੇ ਹੋਰ ਕਰਤਾ ਜੀ, ਹਾਂਜੀ, ਉਹ ਬੱਚੇ ਜਿਨ੍ਹਾਂ ਦੇ ਪੇਰੈਂਟਸ ਪਿਛਲੇ 5 ਸਾਲਾਂ ਨੂੰ ਚੰਡੀਗੜ੍ਹ ਰਹਿੰਦੇ ਆ, ਅੱਛਾ, ਉਹ ਬੱਚੇ ਵੀ ਕਲੇਮ ਕਰ ਸਕਣਗੇ ਐਡਮਿਸ਼ਨ ਲੈਣ ਲਈ। ਠੀਕ ਹੈ। ਮਤਲਬ ਤੁਹਾਡੇ ਮੈਂ ਧਿਆਨ 'ਚ ਲੈਣਾ ਕਿ ਜਿਹੜਾ ਗੌਰਮੈਂਟ ਮੈਡੀਕਲ ਕਾਲਜ ਆ ਇੱਥੇ MBBS ਹੁੰਦੀ ਆ, ਜਿਹੜੀ ਯੂਨੀਵਰਸਿਟੀ ਆ, ਡੈਂਟਲ ਇੰਸਟੀਚਿਊਟ ਆ, ਉੱਥੇ ਵੀ ਜਿਹੜੇ ਮੈਡੀਕਲ ਦੇ ਕੋਰਸ ਹੁੰਦੇ ਆ। ਸੋ ਇਹਨਾਂ ਕੋਰਸਾਂ ਵਿੱਚ, ਹਾਲਾਂਕਿ ਪੰਜਾਬ ਸਾਡੀ ਰਾਜਧਾਨੀ ਆ, ਪਰ ਫਿਰ ਵੀ ਸਾਡੇ ਬੱਚੇ ਜਿਹੜੇ ਆ ਚੰਡੀਗੜ੍ਹ ਰਾਜਧਾਨੀ ਆ ਜੀ, ਜਿਹੜੇ ਬੱਚੇ ਸਾਡੇ ਆ ਉਹ ਵਾਂਝੇ ਰਹਿ ਰਹੇ ਸੀਗੇ। ਬਿਲਕੁਲ ਬਿਲਕੁਲ, ਸੋ ਇਹ ਬਹੁਤ ਚੰਗਾ ਫੈਸਲਾ ਜਿਹੜਾ ਹੋਇਆ, ਫੈਸਲਾ ਲਿਆ ਕਿਹਨੇ ਹੈਗਾ? ਚੰਡੀਗੜ੍ਹ ਪ੍ਰਸ਼ਾਸਨ ਨੇ। ਚੰਡੀਗੜ੍ਹ ਪ੍ਰਸ਼ਾਸਨ ਨੇ। ਅੱਛਾ, ਦੂਜੀ ਗੱਲ ਇਹ ਕਿ ਇਹਦੂ ਬਿਨਾਂ ਹੋਰ ਕਈ ਸਾਰੀਆਂ ਜਿਹੜੀਆਂ ਆ ਉਹਨਾਂ ਨੇ ਨਿੱਕੀ ਨਿੱਕੀਆਂ ਸਹੂਲਤਾਂ ਦਿੱਤੀਆਂ, ਜਿਵੇਂ ਮੈਂ ਹੋਰ ਸਾਡੇ ਧਿਆਨ 'ਚ ਲਿਆਉਂਦਾ ਕਿ ਇੱਕ ਕੁਝ ਸਾਲ ਪਹਿਲਾਂ ਇੱਕ ਕਾਨੂੰਨ ਬਣਾ ਦਿੱਤਾ ਸੀਗਾ ਕਿ ਜਿਹੜੇ ਪੰਜਾਬ ਦੇ ਬੱਚੇ ਆ ਉਹ ਚੰਡੀਗੜ੍ਹ ਦੇ ਸਕੂਲਾਂ 'ਚ ਦਾਖਲਾ ਨਹੀਂ ਲੈ ਸਕਦੇ। ਸਾਡੇ ਧਿਆਨ 'ਚ ਹੋਣਾ, ਕਿਉਂਕਿ ਉਹਨਾਂ ਨੇ ਇੱਕ ਸ਼ਰਤ ਲਾਤੀ ਸੀਗੀ ਕਿ ਤੁਸੀਂ ਆਪਣੇ 1.5 ਕਿਲੋਮੀਟਰ ਦੇ ਜਿਹੜੇ ਦਾਇਰਾ ਪੈਂਦਾ ਉਹਦੇ ਵਿੱਚ ਹੀ ਦਾਖਲਾ ਲੈ ਸਕਦੇ ਹੋ। ਹੁਣ ਉਹ ਜਿਹੜੀ ਸ਼ਰਤ ਆ ਨਾ ਜੀ, ਉਹ ਵੀ ਵਾਪਸ ਲੈ ਲਈ ਜੀ, ਕਿਉਂਕਿ ਦੇਖੋ ਚੰਡੀਗੜ੍ਹ ਦੇ ਬਹੁਤ ਸਾਰੇ ਬੱਚੇ ਪੰਜਾਬ ਦੇ ਉੱਥੇ ਪੜ੍ਹਨ ਜਾਂਦੇ ਆ। ਹੁਣ ਆਪਾਂ ਕਹਿ ਲਈਏ ਕਿ ਚੰਡੀਗੜ੍ਹ ਜਿਹੜਾ ਸਕੂਲ ਪੈਂਦੇ ਆ ਉਹ ਕੋਈ ਵੀ ਜਿਹੜਾ ਆ 1.5 ਕਿਲੋਮੀਟਰ ਦੇ ਦਾਇਰੇ 'ਚ ਤਾਂ ਪੰਜਾਬ ਤੋਂ ਹੈ ਹੀ ਨਹੀਂ ਹੈਗਾ। ਸੋ ਇਹ ਜਿਹੜਾ ਇੱਕ ਹੱਕ ਆ ਨਾ ਜੀ, ਇਹ ਪੰਜਾਬ ਨੂੰ ਮਿਲਿਆ, ਔਰ ਮੈਨੂੰ ਇਹ ਲੱਗਾ ਕਿ ਘੱਟੋ ਘੱਟ ਅਜਿਹੇ ਬੱਚੇ ਜਿਹੜੇ ਚੰਡੀਗੜ੍ਹ ਦੇ ਚੰਗੇ ਕਾਲਜਾਂ ਵਿੱਚ ਪੜ੍ਹਨਾ ਚਾਹੁੰਦੇ ਆ ਔਰ ਉਹਨਾਂ ਦਾ ਹੱਕ ਵੀ ਆ, ਬਿਲਕੁਲ ਹੈਗਾ, ਉਹਨਾਂ ਲਈ ਜਿਹੜੀ ਇਹ ਗੁੱਡ ਨਿਊਜ਼ ਵੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਆਪਣਾ ਜਿਹੜਾ ਕਲੇਮ ਆ ਉਹ ਕਰ ਸਕਣ। ਬਿਲਕੁਲ, ਸੋ ਇਹ ਚੰਗੀ ਗੁੱਡ ਨਿਊਜ਼ ਹੈ, ਖਾਸ ਕਰਕੇ ਵਿਦਿਆਰਥੀਆਂ ਦੇ ਲਈ ਹੈ ਜਿਨ੍ਹਾਂ ਨੇ ਅੱਗੇ MBBS ਦੀ ਪੜ੍ਹਾਈ ਕਰਨੀ ਹੈ, ਅਤੇ ਉਹ ਬੱਚੇ ਜਿਨ੍ਹਾਂ ਦੇ ਮਾਪੇ ਇੱਥੇ ਰਹਿੰਦੇ ਨੇ, ਨੌਕਰੀ ਕਰਦੇ ਨੇ, ਅਤੇ ਉਹ ਹੁਣ ਆਪਣੇ ਬੱਚਿਆਂ ਨੂੰ, ਪਰ ਹੈਗੇ ਪੰਜਾਬ ਦੇ ਨੇ, ਉਹ ਆਪਣੇ ਬੱਚਿਆਂ ਨੂੰ ਇੱਥੇ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਦਾਖਲ ਕਰਵਾ ਸਕਦੇ ਨੇ। ਪਹਿਲਾਂ ਇਸ ਨਿਯਮ ਕਰਕੇ ਬੜੀ ਔਖ ਹੁੰਦੀ ਸੀ, ਮੇਰੇ ਆਪਣੇ ਲਿੰਕ ਦੇ ਵਿੱਚ ਬਨਵੈਤ ਸਾਹਿਬ ਬੜੇ ਇੱਦਾਂ ਦੇ ਮਤਲਬ ਜੋੜੇ ਸੀਗੇ ਜਿਨ੍ਹਾਂ ਨੂੰ ਕੰਮ ਦੋਵੇਂ ਇੱਥੇ ਕਰਦੇ ਸੀ, ਬੱਚੇ ਉੱਥੇ ਛੱਡਣੇ ਪੈਂਦੇ ਸੀ ਮਜਬੂਰੀ ਦੇ ਵਿੱਚ, ਹੁਣ ਉਹ ਆਪਣੇ ਨਾਲ ਰੱਖ ਸਕਦੇ ਨੇ, ਕਿਉਂਕਿ ਦਾਦਾ ਦਾਦੀ ਨਾਨਾ ਨਾਨੀ ਕਈ ਵਾਰੀ ਸਾਂਭਣ ਲਈ ਤਾਂ ਆ ਹੀ ਜਾਂਦੇ ਨੇ। ਸੋ ਇਹ ਗੁੱਡ ਨਿਊਜ਼ ਚੰਗੀ ਸੁਣਾਈ ਅੱਜ। ਇੱਕ ਨਾਲ ਇਹਦੇ ਥੋੜੀ ਐਡ ਹੋਰ ਕਰਦਾ, ਇੱਕ ਥੋੜਾ ਜਿਹਾ ਹੋਰ ਕੀਤਾ ਉਹਨੇ, ਹਾਂਜੀ, ਜੇ ਕੋਈ ਪੰਜਾਬ ਦਾ ਇੰਪਲਾਈ ਚੰਡੀਗੜ੍ਹ ਡੈਪੂਟੇਸ਼ਨ ਤੇ ਆਉਂਦਾ, ਅੱਛਾ,
ਉਹਦੇ ਬੱਚਿਆਂ ਨੂੰ ਇਹ ਸਹੂਲਤ ਮਿਲੂਗੀ ਜੀ। ਠੀਕ ਹੈ ਠੀਕ ਹੈ, ਚਲੋ ਇਹ ਬਿਲਕੁਲ ਜਿਹੜੇ ਵੀ ਜਾਣੇ ਜਿਹੜੇ ਵੀ ਸਾਡੇ ਦਰਸ਼ਕ ਸੁਣਨਗੇ ਉਹ ਅੱਗੇ ਦੀ ਅੱਗੇ ਖਬਰ ਹੈ ਜਿਹੜੀ ਉਹ ਜ਼ਰੂਰ ਪਹੁੰਚਾ ਦਿਓ, ਕਿਉਂਕਿ ਜਾਣਕਾਰੀ ਹੈ ਅਤੇ ਬਹੁਤ ਜ਼ਰੂਰੀ ਜਾਣਕਾਰੀ ਹੈ, ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਜੁੜੀ ਜਾਣਕਾਰੀ ਹੈ। ਕੱਲ੍ਹ ਨੂੰ ਗੁੱਡ ਨਿਊਜ਼ ਇੱਕ ਹੋਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਹੁਣ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ। ਮਨਵੈਰ ਸਾਹਿਬ ਤੁਹਾਡਾ ਵੀ ਧੰਨਵਾਦ ਅਤੇ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ। ਸਤਿ ਸ਼੍ਰੀ ਅਕਾਲ।